जोड़ा जाए, इसको बंद किया जाए, ये हमारी अपील है। हाथ जोड़। गुरु नानक देव जी नाल संबंधित मंगू मठ जगन्नाथपुरी उड़ीसा, जिथे गुरु नानक देव जी की चरण छोह प्राप्त है, इस स्थान पर गुरु नानक देव जी ने अपने 22 दिन गुजारे सन, जिसनों हुण उड़ीसा सरकार वालों ढाया जा रहा है, क्योंकि उड़ीसा सरकार वालों एक प्रस्ताव पास किया गया सी, जिस 75 मीटर के दायरे अंदर जिहड़े भी धार्मिक स्थान आउंदे ने, भावें वह किसी भी धर्म नाल संबंधित होण, उन्हां नूं ढा दिता जाएगा। इस कार्रवाई च मंगू मठ नूं ढा दिता गया है, ਜਿਸ ਦੇ ਬਾਅਦ ਹੁਣ ਨਾਨਕ ਮੱਠ ਨੂੰ ਤੋੜਨ ਦੀ ਵੀ ਤਿਆਰੀ ਹੈ। ਜੀ ਜਗਦੀਪ ਜੀ, ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖਬਰ ਜਗਨਨਾਥ ਪੁਰੀ ਤੋਂ ਆ ਰਹੀ ਹੈ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਥਾਨ ਜਿਹੜਾ ਨਾਨਕ ਮੱਠ ਹੈ ਉਸ ਨੂੰ ਢਾ ਦਿੱਤਾ ਜਾ ਰਿਹਾ ਹੈ, ਕੀ ਕਹਿਣਾ ਚਾਹੋਗੇ, ਕੀ ਹੈ ਪੂਰਾ ਮਾਮਲਾ? ਦੇਖੋ ਜੀ, ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹੈ ਵਾਪਰ ਰਹੀ ਹੈ ਔਰ ਇਹ ਵਾਪਰੇਗੀ ਜੀ। ਇਹਦੀ ਚੇਤਾਵਨੀ ਅਸੀਂ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਦੇ ਰਹੇ ਸੀਗੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਕਮੇਟੀਆਂ ਨੂੰ ਜੀ, ਵੀ ਇਹ ਘਟਨਾ ਕਦੇ ਵੀ ਵਾਪਰ ਸਕਦੀ ਹੈਗੀ ਹੈ ਔਰ ਇਹ ਜਿਹੜੀ ਇਹ ਘਟਨਾ ਵਾਪਰ ਗਈ ਔਰ ਇੱਥੇ ਗੁਰੂ ਸਾਹਿਬ ਜਿਹੜੇ ਨੇ ਮੰਗੂ ਮੱਠ ਦੇ ਅੰਦਰ ਆ ਕੇ ਰੁਕੇ ਸੀਗੇ। ਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ 1500 ਈਸਵੀ ਦੇ ਵਿੱਚ ਮਹਾਰਾਜ ਦਾ ਇੱਥੇ ਆਉਣਾ ਹੋਇਆ ਸੀਗਾ। ਮਹਾਰਾਜ ਦੀ ਪਹਿਲੀ ਉਦਾਸੀ ਦੇ ਦੌਰਾਨ ਮਹਾਰਾਜ ਇੱਥੇ ਆ ਕੇ ਰੁਕੇ, ਤਾਂ ਇਹ ਸਥਾਨ ਹੋਂਦ ਦੇ ਅੰਦਰ ਆਇਆ ਸੀ, ਐਗਜ਼ਿਸਟੈਂਸ ਦੇ ਅੰਦਰ ਆਇਆ ਸੀਗਾ ਜੀ। ਤੇ ਜਿਹੜੀ ਚੇਤਨਿਆ ਭਾਗਵਤ ਹੈ, ਚੇਤਨਿਆ ਜੀ ਜੋ ਸਾਊਥ ਦੇ ਅੰਦਰ ਜਿਹਨਾਂ ਨੂੰ ਇੱਕ ਬਹੁਤ ਹੀ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ ਹਿੰਦੂ ਧਰਮ ਦੇ ਅੰਦਰ, ਚੇਤਨਿਆ ਜੀ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਕਸ਼ਾਤਕਾਰ ਜਾਂ ਗੁਰੂ ਸਾਹਿਬ ਦੇ ਦਰਸ਼ਨ ਜਿਹੜੇ ਹੈ ਨਾ ਇਸੇ ਮੱਠ ਦੇ ਅੰਦਰ ਕੀਤੇ ਸੀਗੇ ਜੀ। ਤੇ ਗੁਰੂ ਸਾਹਿਬ ਇਸ ਮੱਠ ਦੇ ਅੰਦਰ 22 ਦਿਨ ਰਹੇ ਸੀਗੇ। ਮੱਠ ਆਪਾਂ ਕਹਿ ਦਿੰਦੇ ਧਰਮਸਾਲ ਨੂੰ, ਜਿਹਦਾ ਆਪਾਂ ਪੰਜਾਬ ਧਰਮਸਾਲ ਕਹਿ ਦਿੰਦੇ ਹਾਂ ਜੀ। ਗੁਰਦੁਆਰਾ ਸ਼ਬਦ ਜਿਹੜਾ ਹੈ ਇਹ ਬਾਅਦ ਦੇ ਵਿੱਚ ਹੋਂਦ ਦੇ ਅੰਦਰ ਆਇਆ। ਜਗਦੀਪ ਜੀ, ਕਦੋਂ ਤੋਂ ਇਹਨੂੰ ਤੋੜਿਆ ਜਾ ਰਿਹਾ, ਕਿਉਂਕਿ ਇਸ ਤੋਂ ਪਹਿਲਾਂ ਵੀ ਕਾਫੀ ਜਿਹੜੀਆਂ ਮੀਡੀਆ 'ਚ ਵੀ ਚਰਚਾਵਾਂ ਆਈਆਂ ਸਨ ਕਿ ਇਸ ਨੂੰ ਰੋਕ ਦਿੱਤਾ ਗਿਆ, ਨਹੀਂ ਤੋੜਿਆ ਗਿਆ, ਪਰ ਤੁਸੀਂ ਕਹਿ ਰਹੇ ਇਸ ਨੂੰ ਤੋੜਿਆ ਜਾ ਰਿਹਾ, ਕੀ ਕਾਰਨ ਹੈ? ਅਸੀਂ ਤਾਂ ਕੱਲ ਲਾਈਵ ਫੋਟੋਆਂ ਪਾਈਆਂ ਨੇ, ਅਸੀਂ ਕੱਲਾ ਹੀ ਪਰਿਵਾਰ ਇੱਥੇ ਬੈਠਾ ਹੈ ਜੋ ਗੁਰਦੁਆਰਾ ਆਰਤੀ ਸਾਹਿਬ ਦੀ ਸੇਵਾ ਨਿਭਾ ਰਿਹਾ ਹੈ ਜੀ। ਜੋ 3 ਮੱਠਾਂ 'ਚੋਂ 1 ਮੱਠ ਹੈਗੇ ਨੇ ਬੌਲੀ ਮੱਠ, ਇੱਥੇ 3 ਮੱਠ ਨੇ ਪੁਰਾਤਨ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਜੋ ਕਿ ਸਿੱਖਾਂ ਦੇ ਨਾਲ ਸਿੱਖ ਪੰਥ ਦੇ ਨਾਲ ਸੰਬੰਧਿਤ ਹੈਗੇ ਨੇ। ਮੰਗੂ ਮੱਠ ਦੇ ਵਿੱਚ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਸੀਗਾ, ਬੌਲੀ ਮੱਠ ਦੇ ਵਿੱਚ ਵੀ ਜਿੱਥੇ ਮਹਾਰਾਜ ਨੇ ਜਲ ਮਿੱਠਾ ਕੀਤਾ ਸੀ ਮਹਾਰਾਜ ਦਾ ਪ੍ਰਕਾਸ਼ ਸੀਗਾ ਔਰ ਹੈ, ਲੇਕਿਨ ਉੱਥੇ ਮਰਿਆਦਾ ਦਾ ਘਾਣ ਹੋ ਰਿਹਾ ਸੀ। ਅਸੀਂ 12 ਸਾਲ ਬਾਬਾ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਇੱਥੇ ਸ੍ਰੀ ਗੁਰੂ ਨਾਨਕ ਦੇਵ ਰਿਲੀਜੀਅਸ ਚੈਰੀਟੇਬਲ ਟਰੱਸਟ ਨੇ ਮੋਰਚਾ ਲਾਇਆ ਔਰ 1 ਜਨਵਰੀ 2019 ਨੂੰ ਸਰਕਾਰ ਵੱਲੋਂ ਉਹਦੀ ਸੇਵਾ ਸੰਭਾਲ ਲੈਣ ਦੇ ਵਿੱਚ ਕਾਮਯਾਬ ਹੋ ਗਏ। ਮੰਗੂ ਮੱਠ ਦੀ ਗੱਲ ਕਰਦੇ ਹਾਂ, ਮੰਗੂ ਮੱਠ ਮੰਗੂ ਤੇ ਜਾ ਰਿਹਾ ਜੀ। ਉਹਦੇ ਬਾਅਦ ਇਮੀਡੀਏਟਲੀ ਜਿਹੜੀ ਅਗਲੀ ਕਾਰਵਾਈ ਉਹ ਮੰਗੂ ਦੀ ਕਰਨੀ ਸੀਗੀ, ਲੇਕਿਨ ਇੱਧਰ ਸਰਕਾਰ ਨੇ ਇੱਕ ਡੈਮੋਲੇਸ਼ਨ ਡਰਾਈਵ ਸ਼ੁਰੂ ਕੀਤੀ ਜਿਹੜੀ ਉੜੀਸਾ ਸਰਕਾਰ ਹੈ ਜੀ। ਜਗਨਨਾਥ ਮੰਦਿਰ ਜੋ ਕਿ ਹਿੰਦੂਆਂ ਦਾ ਇੱਕ ਬਹੁਤ ਵੱਡਾ ਧਾਮ ਹੈ, ਇਹਦਾ ਸੁੰਦਰੀਕਰਨ, ਇਹਦੀ ਬਿਊਟੀਫਿਕੇਸ਼ਨ ਕਰਨ ਵਾਸਤੇ ਜਗਨਨਾਥ ਮੰਦਿਰ ਦੇ ਆਲੇ ਦੁਆਲੇ 75 ਮੀਟਰ ਦੇ ਅੰਦਰ ਜਿੰਨੇ ਵੀ ਹਿਸਟੋਰੀਕਲ ਸਾਈਟਸ ਜਾਂ ਮੱਠ ਆ ਰਹੇ ਨੇ, ਤਕਰੀਬਨ 18 ਮੱਠ ਆ ਰਹੇ ਨੇ, ਉਹਨਾਂ ਨੂੰ ਇਹ ਤੋੜ ਰਹੇ ਨੇ, ਜਿਹਦੇ ਵਿੱਚ 2 ਸਿੱਖ ਮੱਠ ਵੀ ਹੈਗੇ ਨੇ ਗੁਰੂ ਨਾਨਕ ਸਾਹਿਬ ਤੋਂ ਸੰਬੰਧਿਤ। ਤੇ 1987 ਤੱਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਮੰਗੂ ਮੱਠ ਵਿੱਚ ਵੀ ਸੀਗਾ, 87 ਵਿੱਚ ਚੱਕ ਦਿੱਤਾ ਗਿਆ, ਕਿਉਂਕਿ 84 ਤੋਂ ਬਾਅਦ ਜਿਹੜੀ ਇੱਕ ਐਂਟੀ ਸਿੱਖ ਲਹਿਰ ਚੱਲ ਰਹੀ ਸੀਗੀ ਉਹਦਾ ਜਿਹੜੇ ਮਹੰਤ ਸੀ ਉਹਨਾਂ ਨੇ ਫਾਇਦਾ ਚੱਕਿਆ ਤੇ ਮਹਾਰਾਜ ਦੇ ਸਰੂਪ ਅਲੋਪ ਕਰ ਦਿੱਤੇ ਗਏ ਤਾਂ ਕਿ ਕੱਲ ਨੂੰ ਸਿੱਖ ਆ ਕੇ ਇਹ ਜਗ੍ਹਾ ਨੂੰ ਕਲੇਮ ਹੀ ਨਾ ਕਰ ਸਕਣ ਜੀ। ਔਰ ਉਹਦੇ ਬਾਅਦ ਹੌਲੀ 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 ਇੱਥੋਂ ਜਗਨਨਾਥ ਜੀ ਦੀ ਜਿਹੜੀ ਮੂਰਤੀ ਹੈਗੀ ਹੈ ਉਹ ਸਥਾਪਿਤ ਕਰ ਦਿੱਤੀ ਗਈ, ਜਿਹੜੇ ਸਥਾਨ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਰਾਜਮਾਨ ਸੀਗੇ, ਨਾਲ ਹੀ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਅੱਜ ਵੀ ਹੈਗੀ ਹੈ। ਸਰਕਾਰ ਨੂੰ ਅਸੀਂ ਜਦ ਇਹ ਡੈਮੋਲੇਸ਼ਨ ਡਰਾਈਵ ਸ਼ੁਰੂ ਹੋਈ, ਕਿਉਂਕਿ ਸਰਕਾਰ ਸਾਨੂੰ ਪੁੱਛਦੀ ਹੈ ਵੀ ਤੁਸੀਂ ਪਹਿਲੇ ਕਿਉਂ ਨਹੀਂ ਉੱਠੇ, ਪਹਿਲੇ ਸਰਕਾਰ ਨੇ ਇਹਦੀ ਤੋੜਨ ਦੀ ਗੱਲ ਹੀ ਨਹੀਂ ਕੀਤੀ ਜੀ। ਅੱਜ ਸਰਕਾਰ ਨੇ ਤੋੜਨ ਦੀ ਗੱਲ ਕੀਤੀ ਤਾਂ ਸਿੱਖ ਜਿਹੜਾ ਹੈ ਆਪਣੇ ਧਰਮ ਸਥਾਨਾਂ ਦੀ ਰੱਖਿਆ ਲਈ ਅੱਗੇ ਆ ਗਿਆ। ਜਗਦੀਪ ਜੀ, ਕੀ ਉਹ ਟੁੱਟ ਚੁੱਕਿਆ ਮੰਗੂ ਮੱਠ ਕੇ ਬਾਕੀ ਹਜੇ ਬਚਿਆ? ਹੈਲੋ, ਤੋੜ ਰਹੀਆਂ ਨੇ? ਹੈਲੋ ਜੀ ਜੀ, ਮੇਰਾ ਬਿਲਕੁਲ ਟੁੱਟ ਚੁੱਕਿਆ ਹੈ ਔਰ ਇਸ ਟਾਈਮ ਵੀ ਜਿਹੜੀ ਮਸ਼ੀਨਾਂ ਨੇ ਜਿਹੜੀ ਉਹਦੀ ਬਚੀ ਖੁਚੀ 10% ਇਮਾਰਤ ਹੈਗੀ ਉਹਨੂੰ ਤੋੜ ਰਹੀ ਹੈ। ਸਿਰਫ ਉਹਨਾਂ ਨੇ ਜਿੱਥੇ 8x10 ਦੇ ਇੱਕ ਪੁਰਾਣੇ ਗੁੰਬਦ ਦੇ ਅੰਦਰ ਜਿੱਥੇ ਜਗਨਨਾਥ ਜੀ ਦੀ ਮੂਰਤੀ, ਜਿੱਥੇ ਕਿਸੇ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋਇਆ ਕਰਦੇ ਸੀਗੇ ਜੀ, ਔਰ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਅੱਜ ਹੈਗੀ ਹੈ, ਉਹ ਜਗ੍ਹਾ ਛੱਡ ਕੇ ਬਾਕੀ ਸਾਰਾ ਉਹਨਾਂ ਨੇ ਢਾਟੇ ਦੀ ਕਰ ਦਿੱਤਾ। ਤਕਰੀਬਨ 1.5 ਏਕੜ ਦਾ ਮੱਠ ਸੀ ਜਿਹੜਾ ਉਹਨੇ ਢਾਟੇ ਦੀ ਕਰ ਦਿੱਤਾ ਜੀ। ਬਹੁਤ ਬਹੁਤ ਸ਼ੁਕਰੀਆ ਜਗਦੀਪ ਜੀ। ਉੜੀਸਾ ਸਰਕਾਰ ਦੇ ਇਸ ਫੈਸਲੇ ਨਾਲ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਸਿੱਖ ਜਥੇਬੰਦੀਆਂ 'ਚ ਵੀ ਰੋਸ ਦੀ ਲਹਿਰ ਹੈ। ਮੰਗੂ ਮੱਠ ਦਾ ਹਿੱਸਾ ਥਾ ਜੋ ਆਪ ਲੋਗੋਂ ਨੇ ਅੱਜ ਤੋੜ ਦਿਆ ਹੈ, ਡੈਮੋਲਿਸ਼ ਹੋ ਗਿਆ ਹੈ।
जहाँ पर कि जो डिस्टिंग है कि हम लोग 3 महीने से 4 महीने से लड़ रहे हैं, फाइट कर रहे हैं कि हमें हमारे गुरु नानक देव जी, जिनका कि जगन्नाथ जी के साथ में इतना बड़ा जिनका रिश्ता है, उनको आपने खत्म कर दिया। आज हम लोग दुखी दिल से रोते हुए आपके पास अपील कर रहे हैं, प्लीज इसको रोक दिया जाए। आज भी हम लोग हाथ जोड़ के बोल रहे हैं, हम लोग कोई लड़ने झगड़ने के लिए नहीं आए। आप लोग जो भी मीडिया से जहाँ से भी, प्लीज हमारी अपील पहुँचाइए कि इसको ना तोड़ा जाए, इसको बंद किया जाए। ये हमारी अपील है, हाथ जोड़ के हम सब आए हैं, हमारे वीर जी दिल्ली से आए हैं, हम लोग अपील कर रहे हैं, हम लोग रो रहे हैं, हम लोग रो रहे हैं कि हमारा गुरु की निशानी को मिटा दिया गया, उसे बंद किया जाए। हमारी यही गुजारिश है नवीन पटनायक जी की सरकार से, कलेक्टर साहब। ब्यूरो रिपोर्ट, D5 चैनल पंजाबी। D5 चैनल पंजाबी, उन्हें सब्सक्राइब करो, बेल आइकन पे क्लिक करो।